ਪਠਾਨਕੋਟ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ਉੱਤੇ ਅੱਤਵਾਦੀ ਹਮਲੇ ਦਾ ਖਤਰਾ ਉਸੇ ਤਰ੍ਹਾਂ ਮੰਡਰਾ ਰਿਹਾ ਹੈ। ਸ਼ਾਮੀ ਗੁਰਦਾਸਪੁਰ 'ਚ ਕਿਸਾਨਾਂ ਵੱਲੋਂ ਖੇਤ 'ਚ ਦੋ ਵਿਅਕਤੀਆਂ ਨੂੰ ਨਕਾਬ 'ਚ ਦੇਖਿਆ ਗਿਆ ਹੈ, ਜਿਨ੍ਹਾਂ ਨੇ ਫੌਜੀ ਵਰਦੀਆਂ ਪਾਈਆਂ ਹੋਈਆਂ ਸਨ, ਜਿਸ ਦੇ ਬਾਅਦ ਕਿਸਾਨਾਂ ਵੱਲੋਂ ਪੰਜਾਬ ਪੁਲਿਸ ਅਤੇ ਫੌਜ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਅਤੇ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਅਤੇ ਫੌਜ ਵੱਲੋਂ ਸਾਂਝਾ ਸਰਚ ਆਪਰੇਸ਼ਨ ਗੁਰਦਾਸਪੁਰ 'ਚ ਜਾਰੀ ਹੈ। ਕਿਸਾਨਾਂ ਮੁਤਾਬਕ ਦੋਨੋਂ ਵਿਅਕਤੀ ਉਹਨਾਂ ਨੂੰ ਦੇਖ ਕੇ ਬਿਨਾਂ ਕੁਝ ਬੋਲੇ ਵਾਪਸ ਚਲੇ ਗਏ, ਜਿਸ ਦੇ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਬੀਤੇ ਦਿਨੀ ਪਠਾਨਕੋਟ ਦੇ ਏਅਰਬੇਸ ਉੱਤੇ ਅੱਤਵਾਦੀ ਆਪਰੇਸ਼ਨ ਹਾਲੇ ਖਤਮ ਹੋਇਆ, ਜਿਸ 'ਚ 6 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ। ਇਸ ਘਟਨਾ ਤੋਂ ਬਾਅਦ ਲਗਾਤਾਰ ਖਤਰਾ ਬਣਿਆ ਹੋਇਆ ਹੈ। ਅਸੀਂ ਪਿਆਲੇ ਪਿੰਡੋਂ ਆਏ ਹਾਂ ਪੱਠੇ ਲੈਣ ਡੰਗਰਾਂ ਵਾਸਤੇ। ਅਸੀਂ ਬਰਫਨ ਦਾ ਹਾਲੇ ਇੱਕ ਢੇਰੀ ਵੱਢੀ ਆ ਅਤੇ ਉਹ ਕਮਾਟ 'ਚੋਂ ਦੀ ਖੜਾਕ ਮਾੜਾ ਮਾੜਾ ਹੁੰਦਾ ਉਂਡਿਆ। ਦੋ ਬੰਦੇ ਆ ਕੇ ਉਹਨਾਂ ਨੇ ਬਿਲਕੁਲ ਬੰਨੀ ਤੋਂ ਚਾੜਨ ਲੱਗੇ ਅਤੇ ਫੌਜੀ ਵਰਦੀ ਪਾਈ ਆ, ਉਹ ਆ ਕੇ ਅਤੇ ਸਾਡੇ ਲਾਗੇ ਖਲੋ ਗਏ। ਉਹ ਜਿਸ ਵੇਲੇ ਖਲੋ ਗਿਆ ਤਾਂ ਅਸੀਂ ਪੱਠੇ ਵੱਢਣੇ ਉੱਥੇ ਦਾਤੀਆਂ ਛੱਡਤੀਆਂ, ਨਾ ਉਹ ਸਾਡੇ ਨਾਲ ਕੋਈ ਆ ਨਾ ਅਸੀਂ ਉਹਨਾਂ ਨਾਲ ਕੋਈ ਆ। ਉਹ ਜਦੋਂ ਹੌਲੀ ਨਾਲ ਪਸਾਹ ਵਾਪਸ ਹੋਏ ਹਨ, ਉਸ ਤੋਂ ਬਾਅਦ ਅਸੀਂ ਉਹ ਕਮਾਚ ਵੜ ਗਿਆ, ਥੋੜ੍ਹੇ ਥੋੜ੍ਹੇ ਖਿਸਕ ਕੇ ਪਸਾਹ ਹੋ ਗਿਆ। ਉਹ ਵੀ ਸਾਡੇ ਵਾਲੇ ਵੇਖੇ ਸਹਿਕਦੇ ਕਮਾਚ ਵਾਪਸ, ਫੌਜੀ ਵਰਦੀਆਂ ਪਾਈਆਂ 6-6 ਫੁੱਟ ਬੁਲਟ ਪਰੂਫ, ਉਹਨਾਂ ਮੂੰਹ ਨੂੰ ਐਨਕਾਂ ਚੜ੍ਹਾਈਆਂ ਕਾਲੇ ਰੰਗ ਦੀ, ਬੈਗ ਨੂੰ ਉਹਨਾਂ ਵਰਦੇ ਇਹੋ ਜਿਹੇ ਕੋਟ ਜਿਹੇ ਪਾਏ ਮੋਟੇ ਮੋਟੇ ਵੀ ਜਿਹੜੇ ਚੰਗੇ ਲੱਦੇ ਜੇ, ਹੋਰ ਕੁਛ ਨਹੀਂ ਦੇਖਿਆ। ਹੈ ਬੰਦੇ ਹੀ, ਪਤਾ ਨਹੀਂ ਹੁਣ ਚੋਰ ਅੱਤਵਾਦੀ ਆ ਕਿ ਸਮਗਰ ਅੱਲਾ।